ਧਾਰਮਿਕ ਜਥੇ ਨਾਲ ਪਾਕਿਸਤਾਨ ਗਏ ਅਮਰਜੀਤ ਸਿੰਘ ਦੇ ਸੇਖੋਪੁਰ ਤੋਂ ਫੜੇ ਜਾਣ ਤੋਂ ਬਾਅਦ ਪਾਕਿਸਤਾਨ ਵੱਲੋਂ ਕਬੂਲਨਾਮਿਆਂ ਦਾ ਸਿਲਸਿਲਾ ਜਾਰੀ ਹੈ। ਕੱਲ੍ਹ ਅਮਰਜੀਤ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਸਨੇ ਖੁਦ ਜਥੇ ਤੋਂ ਵੱਖ ਹੋ ਕੇ ਆਪਣੇ ਫੇਸਬੁੱਕ ਫਰੈਂਡ ਕੋਲ ਜਾਣ ਦੀ ਗੱਲ ਕਬੂਲੀ ਹੈ। ਅੱਜ ਅਗਲੇ ਦਿਨ ਹੀ ਅਮਰਜੀਤ ਦੇ ਦੋਸਤ ਦੀ ਇਹ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਜਿੱਥੇ ਅਮਰਜੀਤ ਸਿੰਘ ਆਪਣੀ ਪਹਿਲੀ ਗੱਲ ਨੂੰ ਹੂਬਹੂ ਦੁਹਰਾ ਰਿਹਾ ਹੈ, ਉੱਥੇ ਹੀ ਉਸਦਾ ਪਾਕਿਸਤਾਨੀ ਦੋਸਤ ਵੀ ਆਪਣੇ ਕਬੂਲਨਾਮੇ ਪੇਸ਼ ਕਰ ਰਿਹਾ ਹੈ। ਅਮਰਜੀਤ ਸਿੰਘ ਸੇ ਮੇਰਾ 8-10 ਮਾਹ ਪਹਿਲੇ ਫੇਸਬੁੱਕ ਕੇ ਥਰੂ ਰਾਬਤਾ ਹੁਆ ਥਾ। ਚੁਨਾਚਾ ਇਸਨੇ ਮੁਝੇ ਬਤਾਇਆ ਕਿ ਮੈਂ ਪਾਕਿਸਤਾਨ ਮੇਂ ਯਾਤਰਾ ਪੇ ਆਨਾ ਚਾਹਤਾ ਹੂੰ, ਗੁਰਦੁਆਰਾ ਨਾਨਕਾਨਾ ਸਾਹਿਬ। ਜਬ ਯੇ ਯਹਾਂ ਪਹੁੰਚਾ ਆਜ ਸੇ ਕੁਛ 5-6 ਦਿਨ ਪਹਿਲੇ, ਤੋ ਇਸਨੇ ਮੁਝੇ ਬਤਾਇਆ ਕਿ ਮੈਂ ਪਹੁੰਚ ਗਿਆ ਹੂੰ ਨਨਕਾਨਾ, ਤੋ ਆਪ ਮੁਝੇ ਲੇ ਲਓ। ਤੋ ਮੈਨੇ ਕਿਹਾ ਮੇਰੇ ਸੇ ਨਜ਼ਦੀਕ ਆ ਜਾਓ, ਆਪ ਮੇਰੇ ਮਹਿਮਾਨ, ਚੰਦ ਦਿਨ ਰਹਿ ਕੇ ਚਲੇ ਜਾ। ਤੋ ਯੇ ਮੇਰੇ ਪਾਸ ਜਬ ਆਇਆ 2-4 ਦਿਨ ਰੁਕਨੇ ਕੇ ਬਾਅਦ, ਮੁਝੇ ਇੱਕ ਦਿਨ ਪੱਟੀ ਚੱਲ ਰਹੀ ਸੀ 21 ਤਾਰੀਖ ਕੋ, ਤੋ ਟੀਵੀ ਪੇ ਮੈਨੇ ਨਿਊਜ਼ ਦੇਖੀ, ਤੋ ਮੁਝੇ ਥੋੜ੍ਹੀ ਸੀ ਤਸ਼ਵੀਸ਼ ਲਾਹਕ ਹੋਈ। ਮੈਨੇ ਇਸਸੇ ਪੁੱਛਾ ਕਿ ਯਾਰ ਆਪਕਾ ਵੀਜ਼ਾ ਖਤਮ ਤੋ ਨਹੀਂ ਹੁਆ? ਇਸਨੇ ਕਿਹਾ ਮੇਰਾ ਵੀਜ਼ਾ ਹੈ। ਸੁਨਾਚਾ ਮੈਨੇ ਇਸਸੇ ਯੇ ਪੁੱਛਣਾ ਚਾਹ ਕਿ ਆਪ ਵੀਜ਼ਾ ਕਹਾਂ ਆ, ਮੁਝੇ ਬਤਾਓ। ਇਸਨੇ ਕਿਹਾ ਵੋ ਤੋ ਮੇਰਾ ਵਾਗਾ ਬਾਰਡਰ ਕੇ ਜਮਾ ਹੋ ਗਿਆ ਥਾ। ਮੈਨੇ ਫਿਰ ਫੌਰਨ ਡੇਰਾ ਔਕਾਫ ਸੇ ਰਾਬਤਾ ਕੀਆ ਲਾਹੌਰ ਸੇ, ਤੋ ਉਹਨੇ ਅਜ਼ਹਰ ਸਾਹਿਬ ਔਰ ਇਮਰਾਨ ਸਾਹਿਬ ਨੇ ਮੇਰੇ ਸਾਥ ਭਰਪੂਰ ਤਾਉਨ ਕੀਆ। ਉਹਨੇ ਕਿਹਾ ਕਿ ਯੇ ਹਮਾਰਾ ਮਹਿਮਾਨ ਹੈ, ਇਸਕੋ ਅੱਛੇ ਤਰੀਕੇ ਸੇ ਇਸਕੇ ਮੁਲਕ ਭੇਜਣਾ ਚਾਹੀਏ। ਮੈਨੇ ਉਨਕਾ ਬਹੁਤ ਸ਼ੁਕਰ ਗੁਜ਼ਾਰ ਹਾਂ, ਉਹਨਾਂ ਮੇਰੇ ਸਾਥ ਬਹੁਤ ਤਾਉਨ ਕੀਆ। ਮੈਂ ਇੱਧਰ ਫਿਰ ਇਸਕੋ ਲੈ ਕੇ ਆਇਆ ਲਾਹੌਰ, ਤੋ ਉਨਕੋ ਮੈਨੇ ਰਿਕੁਐਸਟ ਕੀ ਕਿ ਸਾਰੀ ਇਸਕੋ ਹਮਾਰੇ ਮਹਿਮਾਨ ਕੋ ਵਾਪਸ ਭੇਜਾ ਜਾਏ। ਤੋ ਲਿਹਾਜ਼ਾ ਮੈਨੇ ਅਬ ਉਸਕੇ ਉਨਕੇ ਪਾਸ ਇਸਕੋ ਭੇਜਾ, ਵੋ ਪੂਰਾ ਬੰਦੋਬਸਤ ਕਰ ਰਹੇ ਹੈਂ ਇਸਕੋ ਵਾਪਸ ਭੇਜਣੇ। ਇੱਕ ਗੱਲ ਤਾਂ ਸਾਫ ਹੋ ਗਈ ਹੈ ਕਿ ਅਮਰਜੀਤ ਸਿੰਘ ਨਿੱਜੀ ਕੰਮ ਲਈ ਧਾਰਮਿਕ ਜਥੇ ਦਾ ਸਹਾਰਾ ਲੈ ਰਿਹਾ ਸੀ। ਹੁਣ ਵੇਖਣਾ ਬਾਕੀ ਹੋਵੇਗਾ ਕਿ SDPCS ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਏ।